रहीम, अस्सलाम वालेकुम। कैसे हैं सब मेरे प्यारे से बहन भाई? अल्लाह ताला आपको खुश रखे, बाद रखे, हर आने वाले दुख तकलीफ से दूर रखे। इस दुआ लाइक दी वीडियो का कर दी आगाज़। लाइक दी वीडियो का आगाज़ करने से पहले अपनी बहन मेरे लिए एक छोटी जी रिक्वेस्ट कर दी है, जिन्होंने मेरा सोबिया फैमिली ब्लॉग चैनल सब्सक्राइब नहीं किया, सो प्लीज़ सब्सक्राइब कर दें, बेल द बटन प्रेस कर दें, ताकि शादी हर आने वाली नई वीडियो का नोटिफिकेशन मेरे बहन मेरी तक फरवत पहुँचा रहे। अच्छा जी, आज की वीडियो साढ़े पीछे इस तरह मैम कि असी बना लगी आलू गोभी। अगला जो भी सीन होया अपने बहन मेरे से। अस्सलाम वालेकुम। अच्छा जी, अल्लाह पाक करे खैर। असी लगी हां आलू गोभी बनाण। वसीम अली जेड़ा वो नाराज़ होया फिरदा, उन्हें अज दोपहर का खाना नहीं खादा, सो भी गई स्कूल। ये आके मेरी धी राणी है सुंदर पै गई, आंदी जी मैनू अज भुख कोई नहीं है। भी हाँ हाँ मता अम्मी चार ना रोटी दे दे। असी भाई दोपहर बनाई, मेरा चला पाक खैर करे। असी तो उहदे नाल खाना खा लिया, लेकिन बच्चे जेड़े आ ये तो नहीं ना सोचते। इन्नी महंगाई हुई हुई है, जिदा कोई हिसाब ही कोई नहीं। सब्जी लैन दिल नहीं करता। 800 रुपया वसीम अली बेचारा दिहाड़ी लादा। शुक्र आज दूसरी दिहाड़ी है मेरे को, बिचों दिहाड़ियाँ छुट्टियां हो गई थी। तो 800 रुपया दिहाड़ी लिया, वो शाम को आटा लैना, चीनी लैनी, घ्यो लैनी। बच्चे तो अपनी जगह तो नाराज हो जाते। तो अज इन्हें भी रोटी नहीं खाधी। तो मैं सोचा भी चलो हूँ इन्हों का आगू आना भी सब्जी लेने। शुक्र भाई आ गया इतने सब्जी वाला, अल्लाह पाक खैर करे। असी लै ली आलू गोभी, अज बनाने वह सब्जी लैन लगा। 300 रुपया ਦੀ ਗੋਭੀ ਆਈ ਹੈ ਤੇ ਖਰਾਬ ਆ ਵਿੱਚੋਂ। ਹਾਂ, ਉੱਤੋਂ ਵੇਲੋ ਕਾਲੀ ਕਾਲੀ ਹੋਈ ਪਈ ਹੈ। ਫਿਰ ਵੀ 300 ਰੁਪਇਆ ਅਗਲਿਆਂ ਨੇ 300 ਦੀ ਦਿੱਤੀ। ਜਾਂ ਨਾਲ ਵਿੱਚ ਇਹ ਤੂੰ ਇਸ ਟੋਕਰੀ 'ਚ ਬੇਟਾ ਰੱਖ ਲਾ, ਆਹ ਲੈ ਲਾ ਟੋਕਰੀ ਵੱਡੀ ਤੋਂ ਗੋਭੀ ਵਾਸਤੇ, ਆਹ ਲੈ ਲੈਂਦੇ ਆਲੂਆਂ ਵਾਸਤੇ। ਅੱਲਾ ਪਾਕ ਖੈਰ ਕਰੇ। ਆਲੂ ਵੀ ਆਲੂ ਕਿੰਨੇ ਦੇ ਨੇ ਅੰਮਾ ਜੀ? ਇਹ ਆਲੂ ਤੇ ਸਾਰੀ ਸਬਜ਼ੀ ਇਹ 300 ਰੁਪਇਆ ਦੀ ਆਈ ਹੈ। ਤੇ ਬੇਟਾ ਜਿਹੜਾ ਨਾਰਾਜ਼ ਹੁੰਦੇ ਸੀ ਤੁਸੀਂ, ਇਹ ਸ਼ਾਮ ਨੂੰ ਬਕਾਇਆ ਘਿਓ ਆ ਜਾਊਗਾ ਤੇ 800 ਨਾਲ ਹਾਂਡੀ ਪੱਕੂਗੀ। ਅੱਲਾ ਪਾਕ ਖੈਰ ਕਰੇ ਤੇ ਚੁੱਪ ਕਰਕੇ ਬੈਠੇ ਰਹੇ। ਸੁਬਹ ਸੁਬਹ ਚਾਹ ਨਹੀਂ ਮੰਗਣੀ ਮੇਰੇ ਕੋਲ। ਹਾਂਜੀ, ਆਹ ਵੇਖੋ ਟਮਾਟਰ ਕਿਵੇਂ ਦੇ ਸੁੱਕੇ ਜੇ ਅਗਲਿਆਂ ਨੇ ਦਿੱਤੇ, ਕੋਈ ਸਬਜ਼ੀ ਨੂੰ ਹੱਥ ਹੀ ਨਹੀਂ ਲੱਗਦਾ ਕਿਸੇ ਸ਼ੈਨ ਨੂੰ। ਉਹਨਾਂ ਨੇ ਕੋਈ ਸ਼ੈਨ ਨੂੰ ਹੱਥ ਨਹੀਂ ਲੱਗਦਾ। ਇਹ ਟਮਾਟਰ ਇੱਦਾਂ ਦੇ ਕਮਲਾਏ, ਜੇ ਤਾਂ ਫਰਿੱਜ ਹੁੰਦੀ, ਫਰਿੱਜ ਹੋਵੇ ਤਾਂ ਫਿਰ ਤਾਂ ਬੰਦਾ ਵੇਚੀ ਰੱਖ ਦੇਵੇ, ਝੱਟ ਦੇ ਸਖਤ ਹੋ ਜਾਂਦੇ ਵੇ ਪਿੱਲ ਪਿੱਲ ਕਰਨ ਦਾ। ਇਹ ਟਮਾਟਰ ਹੈ ਹੀ ਇਸ ਤਰ੍ਹਾਂ। ਜਾਂ ਉਹ ਗੋਭੀ ਬੇਟਾ ਮੈਂ ਬਣਾਉਂਦੀ ਹਾਂ ਵੇਖ ਕੇ। ਇਹ ਤੁਸੀਂ ਪਿਆਜ਼ ਛਿੱਲੋ, ਲਸਣ ਛਿੱਲੋ ਮੇਰਾ ਬੇਟਾ। ਆਹ ਮਿੰਡੇ ਤੋਂ ਉਹ ਪਰਾਤ ਵਿੱਚ ਛਿੱਲਾਂ ਰੱਖਦੇ ਹਾਂ, ਕੋਈ ਗੱਲ ਇਹ ਛਿੱਲਾਂ ਹੀ ਰੱਖਣੀਆਂ, ਟੋਕਰੀ ਉਸ 'ਚ ਸਬਜ਼ੀ ਪਾਉਣੀ। ਅੱਲਾ ਖੈਰ ਕਰੇ। ਮਲਾਈ ਕਮਲਾਈ ਪਈ ਹੈ, ਇੱਕ ਦਫ਼ਾ ਸੋ ਗਿਆ, ਧੋ ਲਿਆ ਉਹ ਬੇਟਾ ਇਹਨੂੰ, ਅਤੇ ਫਿਰ ਹੀ ਹੈ ਕਾਲੀ ਕਾਲੀ ਹੋਈ ਪਈ ਹੈ। ਵੇਖ ਕੇ ਨਹੀਂ ਲਈ ਤੁਹਾਡੇ ਅੱਬੂ ਜੀ ਨੇ, ਸਬਜ਼ੀ ਅੱਛੀ ਨਹੀਂ ਹੈਗੀ, ਪਰ ਹੁਣ ਮਜਬੂਰੀ ਹੈ, ਹੋਰ ਤਾਂ ਕੁਛ ਪਕਾਉਣ ਨੂੰ ਵੀ ਹੈ ਨਹੀਂ। ਅੱਗੇ ਤੁਸੀਂ ਅੱਜ ਖਾਣਾ ਨਹੀਂ ਖਾ ਖੈਰ ਕਰੇ। ਅਸਰ ਦੀ ਅਜ਼ਾਨ ਹੋਣ ਲੱਗ ਗਈ ਅਤੇ ਟਾਈਮ ਤਾਂ ਐਵੇਂ ਹੀ ਗਿਆ, ਹੁਣ ਵਸੀਮ ਅਲੀ ਆਉਣ ਵਾਲਾ ਵਾ। ਮੈਂ ਆਖਿਆ ਸੋਚਿਆ ਵੀ ਹੁਣ ਜਲਦੀ ਜਲਦੀ ਬਣਾ ਲਓ, ਅੱਗੇ 12 ਵਜੇ ਅੱਜ ਖਾਣਾ ਨਹੀਂ ਮੇਰਾ ਪੁੱਤ ਖਾ ਕੇ ਗਿਆ, ਅਤੇ ਗੁੱਸੇ ਨਾਲ ਚਲਾ ਗਿਆ ਵੀ ਤੁਸੀਂ ਨਾ। ਉਹ ਆਂਡੇ ਕਿਹੜਾ ਖਾ, ਉਹ ਕਿਹੜਾ ਆਂਡੇ ਦਾ ਸਾਧਨ ਖਾਂਦਾ ਵਾ, ਆਂਡੇ ਦਾ ਵੀ ਨਹੀਂ ਉਹ ਖਾਂਦਾ ਸਾਧਨ। ਉਹ ਕਹਿੰਦਾ ਸੀ ਜਾਂ ਆਲੂ ਪਾਲਕ ਬਣਾਓ ਜਾਂ ਆਲੂ ਗੋਭੀ ਬਣਾਓ। ਆਲੂ ਪਾਲਕ ਤਾਂ ਹੁਣ ਲਓ, ਗੋਭੀ ਬਣਾਉਣ। ਹੁਣ ਜਲਦੀ ਜਲਦੀ ਸਾਫ਼ ਕੀਤੀ ਹੈ, ਹੁਣ ਸਫਾਈ ਨਾਲ ਧੋ ਕੇ ਲਿਆਈਏ ਸੋ ਵੀ ਆ। ਮੈਂ ਫਿਰ ਇੱਕ ਦਫ਼ਾ ਸਵਾਰ ਕੇ ਧੋ ਲਾ, ਦੂਸਰੀ ਵਾਰੀ ਸਬਜ਼ੀ ਨਾਲ ਧੋ ਲਾਂਗੇ, ਫਿਰ ਹਾਂਡੀ ਪਕਾਉਣ ਲੱਗੇ ਵੀ ਧੋ ਲਾਂਗੇ। ਕਿਉਂ ਸਪਰੇਆਂ ਬਹੁਤ ਜ਼ਿਆਦਾ ਜ਼ਾਲਮ ਜ਼ਾਲਮ ਅਗਲਿਆਂ ਨੇ ਕੀਤੀਆਂ ਹੁੰਦੀਆਂ, ਅਤੇ ਉਹ ਨਾ ਹੋਵੇ ਬੱਚਿਆਂ ਨੂੰ ਕੋਈ ਮਸਲਾ ਬਣਾਵੇ। ਗੋਭੀ ਦੇ ਸ਼ੌਂਕੀ ਤਾਂ ਬਹੁਤ ਆ ਬੱਚੇ ਸਾਡੇ, ਇਹਨਾਂ ਦਾ ਆਬੂ ਜੀ ਵੀ ਬਹੁਤ ਸ਼ੌਂਕੀ ਹੈ, ਕਹੂਗਾ ਬਸ ਆਲੂ ਗੋਭੀ ਹੋਵੇ। ਲੇਕਿਨ ਇਹ ਨਹੀਂ ਇਹ ਸੋਚਦੇ ਵੀ ਆਲੂ ਗੋਭੀ ਨੂੰ ਅੱਜ ਕੱਲ੍ਹ ਸਪਰੇਅ ਹੋਈ ਹੁੰਦੀ ਹੈ। ਵਸੀਮ ਅਲੀ ਜਿਹੜਾ ਉਹ ਇੰਨਾ ਖੁਸ਼ ਹੋ ਰਿਹਾ, ਕਹਿੰਦਾ ਬਸ ਜਾਂ ਆਲੂ ਪਾਲਕ ਪਕਾਓ ਅਤੇ ਜਾਂ ਅੱਜ ਆਲੂ ਗੋਭੀ ਪਕਾਓ। ਅੱਲਾ ਪਾਕ ਖੈਰ ਕਰੇ। ਆਟਾ ਵੀ ਜਮੀ ਮੈਂ ਥੋੜਾ ਹੀ ਹੱਥ ਕਰ ਜਾਂਦਾ, ਮਾਸ਼ਾ ਤੋਂ ਪਹਿਲੇ ਰੋਟੀ ਨਹੀਂ ਖਾਧੀ, ਹੁਣ ਮਾਸ਼ਾ ਰੋਟੀ ਅੱਲਾ ਨੇ ਦੇਣਾ, ਅੱਲਾ ਕੋਲੋਂ ਮੰਗਿਆ ਖੜ, ਅੱਲਾ ਦੀ ਜ਼ਾਤ ਕੋਲੋਂ ਮੰਗੋ, ਅੱਲਾ ਹਰ ਸ਼ਾ ਦਿੰਦਾ। ਅੱਲਾ ਕਿਸੇ ਅੱਗੇ ਹੱਥ ਨਾ ਡਾਵੇ, ਅੱਲਾ ਟਾਈਮ ਦੇ ਟਾਈਮ ਦਿੱਤੀ ਜਾਵੇ, ਉਹਦਾ ਲੱਖ ਲੱਖ ਸ਼ੁਕਰ ਅਦਾ ਕਰਨਾ ਚਾਹੀਦਾ। ਆ ਕੋਈ ਭੈਣ ਭਰਾ ਨਹੀਂ ਦਿੰਦਾ ਅੱਜ ਦੇ ਦੌਰੇ 'ਚ, ਅੱਲਾ ਦੀ ਜ਼ਾਤ ਦੇਵੇ ਤਾਂ ਫੇਰ ਹੀ ਬੰਦਾ ਅੱਲਾ ਕੋਲੋਂ ਮੰਗਣੀ ਚਾਹੀਦੀ ਹਰ ਵੇਲੇ। ਜਿੱਥੇ ਵੀ ਫਿਰਦੇ ਹੋਵੋ ਅੱਲਾ ਨੂੰ ਜ਼ਰੂਰ ਯਾਦ ਕਰੋ, ਅੱਲਾ ਨੂੰ ਕਰੋ, ਅੱਲਾ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਸੋਹਣਾ ਮਦੀਨੇ ਵਾਲੇ ਦਾ ਸਦਕਾ ਦਿੰਦਾ। ਨਿਸ਼ਾਨ ਐਵੇਂ ਜਿਹੜਾ ਨਿਸ਼ਾਨ ਅੱਲਾ ਪਾਕ ਨੇ ਜਿਹੜਾ ਨਿਸ਼ਾਨ ਪੈਦਾ ਕੀਤਾ ਨਾ, ਉਹਦੇ ਨਸੀਬ ਵੀ ਲਿਖ ਕੇ ਭੇਜੇ ਉਹਨੇ। ਆ ਦੁਪਹਿਰੇ ਵੇਲੋ ਭਾਈ ਨਾਰਾਜ਼ ਹੁੰਦਾ ਸੀ, ਕਹਿੰਦਾ ਸੀ ਖਾਣਾ ਨਹੀਂ ਤੁਸੀਂ, ਅੱਜ ਹਾਂਡੀ ਨਹੀਂ ਬਣਾਈ ਰੋਟੀ, ਇੱਥੇ ਦਿਹਾੜੀ ਤੋਂ ਆ ਕੇ ਸਾਰਾ ਦਿਨ ਕੜਾਹੀ ਚੱਕਣੀ, ਅਤੇ ਆਖੇ ਰੋਟੀ ਪੜਨ ਦੀ ਰੋਟੀ ਖਾਣ ਨੂੰ ਦਿਲ ਆਉਂਦਾ, ਅਤੇ ਲੇਕਿਨ ਅੱਲਾ ਪਾਕ ਨੇ ਦੇ ਨਹੀਂ ਦਿੱਤਾ, ਅਤੇ ਪੁੱਤ ਇੱਦਾਂ ਹੀ ਅੱਲਾ ਸੋਹਣਾ ਹੀ ਦੇ ਦਿੰਦਾ ਵਾ।
बंदा ओहदे कोलों मंगे सही बंदा ही बेशुकरा अल्लाह दी जात दिंदी इंसान को अल्लाह ना तू एक मंग तो सही एक मैंने जात कर तकवाड़ी नसीम अली अल्लाह खैर करे मंगता वा नीम अली की लैन नदीम अली की लैन आए हो ड्रेक बदनी है केड़ी तो चलो पोत हम क्या सोबिया दी भेड़ा नहीं पा दे थोड़ी जी उत्थे है गोभी हो गई है तैयार नदीम अली कुहाड़ी रख गया वा इतें फिर जाके पता नहीं उन्होंने कुहाड़ी चाहती थी कुहाड़ी लेनी ले ओ आ गया कुहाड़ी लैन वाला ओ पुत पाई मैं अगे ओनू कह मोहल्ले का पता नहीं मोहल्ला है उधर होना जी होया भी कुहाड़ी तो आ पाइए लैके गया फिर लिया के रख दी आप खेडन लग गया न्याण तुम कह दें आप लै जाया करो मेरा पुत जी पत्ते कठे कर हाथ ना मारन कोई चीज ही ना लड़ जाए अल्लाह खैर करे मैं रखी हांडी हूं पान लगी घे माशाल्लाह घे भी खत्म होने वाला वा मम्मा जी बस थोड़ा जा ही है पुत अबू तेरा परसों ले आया किलो घे नाल भी बनदा ही कुछ नहीं हैगा हांडे माशाल्लाह अल्लाह पाक खैर करे कोई नहीं अल्लाह देऊगा जिहड़ी नसीब है बच्चियां दे वो लग ही जाणे पुत मैं तो इत्थे पकाने बहुत घट पकाने सिर्फ नहीं दा नदीम दा पकाने बस अज तुसी अज भी तुसी बस अज ही राख दित्ते आ तुसी या कदी कदी जदों सालन ना होवे मंजे प्याज ब्राउन हो गए हूं मैं लसन का पेस्ट पा लवा बिच अल्लाह पाक खैर करे टमाटर भी आंदे कोई नहीं है टमाटर कोई नहीं है सो आज मम्मा जी कपड़े तो साबुन लैन गई तो चाचू कहंदा भी लियाई सी नहीं लियाई हां जी क्यों 65 रुपए दी गाची सी फिर मैं पजामा नहीं सर्फ ले आंती देख 10 वाला बर्तन तो ना साबुन ले आए कपड़े धोने वाले तो बगैर भी बेटा सकदा तो नहीं ते 5 रुपए रख ले 5 और पा के खोल ले आऊंगी बर्तन धोने वाला बर्तन धोने वाले सारे की करी जाने हैं कपड़े भी तो धोने 10 रुपए वाली गासी ना हुन बनदा ही की है 10 रुपए वाली गासी एक बारी बर्तन धोंदी माशाल्लाह टब्बर टब्बर वाले आंदे अल्लाह खैर करे अपना शरीर का बालन बाल लो सारे खराब हो जाता कोई गल नहीं अल्लाह वाल सुन के आस्ते आस्ते बाला है कि खाना बना के पप्पा जी खाना बना ले पूरा ही बड़ा गंद गया एडा एडा घा चढ़िया गोडे गोडे इन्ना इन्ना घा वे चढ़िया होया भी बस ना पुछ आसरा ही कोई नहीं खप गया लक तू हम लाते मेरा खाना बना बना चलो अच्छा जरा तो घुट दूंगी चल वारस कावे की प्याली पका दे मैनू बाबा मैं सैट हो दिया गोली दे दिया मम्मा जी कहन दे भी आज सब्जी ला रही है सुबह दुध नहीं लेना है पैसे है नहीं गे चल पैसे भी कितों दे दूंगा साड़ी वीडियो किस तरह लगी मिलेंगे नेक्स्ट वीडियो अपना बहुत ख्याल रखियो अल्लाह हाफिज़।